ਜ਼ਿਲ੍ਹਾ ਪਠਾਨਕੋਟ ਦੇ ਵਿੱਚ ਮੈਂ ਆਮ ਜਿਹੜੇ ਸਿਟੀਜ਼ਨਸ ਆਫ ਪਠਾਨਕੋਟ ਆ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਆਪਣਾ ਫੈਸਟੀਵਲ ਸੀਜ਼ਨ ਆ ਗਿਆ, ਸ਼ੁਰੂ ਹੋ ਗਿਆ ਜਿਸ ਦਿਨ ਪਹਿਲਾ ਨਵਰਾਤਾ ਸੀਗਾ, ਔਰ ਇਹ ਤਕਰੀਬਨ ਵਿਸ਼ਵਕਰਮਾ ਡੇ ਤੋਂ ਅੱਗੇ ਤੱਕ 15 ਨਵੰਬਰ ਤੱਕ ਜਿਹੜਾ ਹੈਗਾ ਆ ਇਹ ਚੱਲਣਾ ਹੈਗਾ। ਔਰ ਅਸੀਂ ਜਿਸ ਦਿਨ ਪਹਿਲਾ ਨਰਾਤਾ ਸੀਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਔਰ 15 ਨਵੰਬਰ ਤੱਕ ਇੱਕ ਫੂਲ ਪਰੂਫ ਪਲੈਨ ਜਿਹੜਾ ਹੈਗਾ ਪਠਾਨਕੋਟ ਲਈ ਉਹ ਤਿਆਰ ਕੀਤਾ ਹੋਇਆ ਹੈਗਾ, ਜਿਹਦੇ ਵਿੱਚ ਅਸੀਂ ਟ੍ਰੈਫਿਕ ਦੀ ਜਿਹੜੀ ਆਪਣੀ ਨਫਰੀ ਆ ਉਹ ਵਧਾਈ ਹੈਗੀ ਆ, ਉਹਨਾਂ ਦੀ ਟਾਈਮਿੰਗਸ ਚੇਂਜ ਕੀਤੀਆਂ ਹੈਗੀਆਂ। ਪਹਿਲਾਂ ਇਹਨਾਂ ਦਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਡਿਊਟੀ ਟਾਈਮਿੰਗ ਸੀਗੀ, ਹੁਣ ਉਹਨਾਂ ਦੀਆਂ ਟੀਮਾਂ ਨੂੰ ਰੀਐਡਜਸਟ ਕਰਕੇ ਰਾਤ ਦੇ ਟਾਈਮ ਤੱਕ ਤਕਰੀਬਨ ਰਾਤ 12 ਵਜੇ ਤੱਕ ਉਹਨਾਂ ਨੂੰ ਔਨ ਰੋਡ ਕੀਤਾ ਤਾਂ ਕਿ ਜਿਹੜੇ ਸਾਡੇ ਆਮ ਬੰਦੇ ਆ ਜਿਨ੍ਹਾਂ ਨੇ ਖਰੀਦਦਾਰੀ ਕਰਨੀ ਆ ਫੈਸਟੀਵਲ ਸੀਜ਼ਨ ਦੇ ਵਿੱਚ, ਸਾਡੀਆਂ ਧੀਆਂ ਸਾਡੀਆਂ ਭੈਣਾਂ ਨੇ ਜਾਣਾ ਹੈਗਾ, ਉਹ ਇੱਕ ਬਹੁਤ ਅੱਛੇ ਮਾਹੌਲ ਦੇ ਵਿੱਚ ਆਪਣੀ ਸ਼ੋਪਿੰਗ ਕਰ ਸਕਣ, ਉਹਨਾਂ ਦੇ ਨਾਲ ਕੋਈ ਸਨੈਚਿੰਗ, ਕੋਈ ਈਵ ਟੀਜ਼ਿੰਗ, ਕੋਈ ਇੱਦਾਂ ਦੀ ਗੱਲ ਨਾ ਹੋ। ਥੋੜ੍ਹਾ ਜਿਹਾ ਪੁਆਇੰਟ ਸੀਗਾ ਜਿਹੜਾ ਮੈਂ ਮੀਡੀਆ ਰਾਹੀਂ ਤੁਹਾਡੇ ਨਾਲ ਰੂਬਰੂ ਹੋਣਾ ਚਾਹੁੰਦਾ ਸੀ। ਆਮ ਦੇਖਣ 'ਚ ਆਉਂਦਾ ਵੀ ਪੁਲਿਸ ਦੇ ਵੀ ਉੱਪਰ ਇਹ ਐਲੀਗੇਸ਼ਨ ਲੱਗ ਜਾਂਦੇ ਆ, ਰੌਣ ਦਿਵਾਲੀ ਵੀ ਪੁਲਿਸ ਤੰਗ ਕਰ ਰਹੀ ਹੈ ਜੀ, ਪਟਾਕੇ ਵਾਲਿਆਂ ਨੂੰ ਫੜ ਰਹੀ ਹੈ ਜੀ, ਕਈ ਦੁਕਾਨਦਾਰਾਂ ਦਾ ਸਮਾਨ ਪਿੱਛੇ ਕਰਾ ਰਹੀ ਹੈ ਜੀ, ਇਹ ਸਾਰਾ ਕੁਛ ਜਾਣ ਕੇ ਕੀਤਾ ਜਾ ਰਿਹਾ, ਮੈਨੂਪਲੇਟਡ ਹੈਗਾ। ਸੋ ਇਸ ਚੀਜ਼ ਤੋਂ ਬਚਣ ਲਈ ਮੈਂ ਜਿਹੜੇ ਆਪਣੇ ਵਪਾਰੀ ਭਰਾ ਨੇ ਸਾਡੇ ਉਹਨਾਂ ਨੂੰ ਮੈਂ ਇੱਕ ਐਡਵਾਈਸ ਕਰਨਾ ਚਾਹੁੰਦਾ ਵੀ ਜਦੋਂ ਆਪਾਂ ਸਾਰਿਆਂ ਨੇ ਬਾਜ਼ਾਰਾਂ 'ਚ ਆਉਣਾ, ਅਸੀਂ ਤੁਹਾਡੇ ਨਾਲ ਮੀਟਿੰਗਸ ਕਰ ਕਰਕੇ ਜਿਹੜੀਆਂ ਹੈਗੀਆਂ ਉਹ ਪਲੈਨ ਤਿਆਰ ਕੀਤਾ। ਤੁਸੀਂ ਮੀਟਿੰਗ 'ਚ ਕਿਹਾ ਵੀ ਆਹ ਦੋ ਜਗ੍ਹਾ ਪਾਰਕਿੰਗ ਲਈ ਖਾਲੀ ਕਰਵਾਓ, ਮੈਂ ਮਾਨਯੋਗ DC ਪਠਾਨਕੋਟ ਨੂੰ ਰਿਕੁਐਸਟ ਕੀਤੀ ਵਰਬਲ ਐਂਡ ਇਨ ਰਾਈਟਿੰਗ, ਐਂਡ ਆਈ ਐਮ ਥੈਂਕਫੁਲ ਟੂ ਹਿਮ ਵੀ ਉਹਨਾਂ ਨੇ ਉਹ ਮੰਨ ਕੇ ਜਿਹੜੀ ਜਗ੍ਹਾ ਬਾਜ਼ਾਰ ਦੇ ਵਿੱਚ ਪਾਰਕਿੰਗ ਲਈ ਸਾਨੂੰ ਉਪਲਬਧ ਹੋ ਸਕਦੀ ਸੀ ਉਹ ਉਪਲਬਧ ਕਰਵਾ ਦਿੱਤੀ ਹੈ। ਸਾਡੇ ਬੰਦਿਆਂ ਨੇ ਜਿਹੜੀਆਂ ਪਰਮਨੈਂਟ ਵਹੀਕਲਸ ਉੱਥੇ ਲੱਗੇ ਸੀ ਉਹ ਕਢਵਾ ਦਿੱਤੇ ਹੈਗੇ ਆ, ਹੁਣ ਉਹਨਾਂ ਵਹੀਕਲ ਦੀ ਜਗ੍ਹਾ 'ਤੇ ਤੁਹਾਡੇ ਵਹੀਕਲ ਉੱਥੇ ਪਾਰਕ ਹੋ ਸਕਦੇ ਹੈਗੇ ਆ। ਪਾਰਕਿੰਗ ਨੂੰ ਔਰਗਨਾਈਜ਼ ਕਰੋ, ਮਤਲਬ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਆਏ ਹੈਗੇ ਆ ਤੁਹਾਡੀ ਜਿਹੜੀ ਇੰਟੈਂਸ਼ਨ ਹੈਗੀ ਆ ਵੀ ਮੈਂ ਇੱਥੇ ਖੜਾ ਹੋ ਕੇ ਫਟਾਫਟ ਇੱਥੋਂ ਆਪਣਾ ਸਮਾਨ ਲੈ ਕੇ ਆ ਜਾਵਾਂ, ਅਤੇ ਉਹਦੇ ਨਾਲ ਸਾਰਾ ਬਾਜ਼ਾਰ ਬਲੋਕ ਹੋ ਜਾਂਦਾ ਅਤੇ ਬਾਕੀ ਵੀ ਸਾਰਿਆਂ ਨੂੰ ਇਨਕਨਵੀਨੀਅੰਸ ਹੁੰਦੀ ਹੈਗੀ ਆ, ਉਹ ਕੰਮ ਨਾ ਕਰੋ। ਜਿਹੜਾ ਆਪਣੇ ਸਮਾਨ ਦੀ ਦਿੱਕਤ ਹੁੰਦੀ ਆ ਫੈਸਟੀਵਲ ਸੀਜ਼ਨ ਆ, ਆਈ ਡੋਂਟ ਮਾਇੰਡ, ਤੁਸੀਂ ਪਰਮਾਤਮਾ ਕਰੇ ਤੁਹਾਡੀ ਦੀਵਾਲੀ ਸਾਰਿਆਂ ਦੀ ਬਹੁਤ ਅੱਛੀ ਰਹੇ, ਬਟ ਉਹਦੇ ਵਿੱਚ ਦੂਜਿਆਂ ਦੀ ਕਨਵੀਨੀਅੰਸ ਨੂੰ ਵੀ ਧਿਆਨ 'ਚ ਰੱਖੋ। ਤੁਸੀਂ ਇੱਦਾਂ ਅੱਗੇ ਤੋਂ ਅੱਗੇ ਲਿਜਾ ਕੇ ਆਪਣਾ ਸਮਾਨ ਜੇ ਤੁਸੀਂ ਇਨਕਰੋਚਮੈਂਟ ਕਰੋਗੇ ਤਾਂ ਉਹਦੇ ਨਾਲ ਜਗ੍ਹਾ ਬਹੁਤ ਘੱਟ ਜਾਂਦੀ ਹੈ, ਆਮ ਬੰਦੇ ਨੂੰ ਲੰਘਣ 'ਚ ਦਿੱਕਤ ਆਉਂਦੀ ਆ, ਫਿਰ ਅਸੀਂ ਇਨਫੋਰਸਮੈਂਟ ਸ਼ੁਰੂ ਕਰਦੇ ਹਾਂ ਫਿਰ ਐਲੀਗੇਸ਼ਨਸ ਆਉਣ ਲੱਗ ਪੈਂਦੇ ਆ ਵੀ ਪੁਲਿਸ ਜਾਣ ਕੇ ਕਰ ਰਹੀ ਹੈ। ਸੋ ਤੁਹਾਡਾ ਸਹਿਯੋਗ ਚਾਹੀਦਾ, ਪਬਲਿਕ ਦੇ ਸਹਿਯੋਗ ਤੋਂ ਬਗੈਰ ਇਹ ਕਦੀ ਸੰਭਵ ਨਹੀਂ ਹੋਇਆ ਵੀ ਕੋਈ ਵੀ ਮਿਸ਼ਨ ਜਿਹੜਾ ਉਹ ਸਕਸੈਸਫੁਲ ਹੋ ਜਾਵੇ, ਅਤੇ ਮੈਨੂੰ ਤਾਂ ਬੜਾ ਮਾਣ ਆ ਪਠਾਨਕੋਟ ਵਾਲਿਆਂ 'ਤੇ ਵੀ ਮੈਂ ਅੱਧੀ ਆਵਾਜ਼ ਨਾਲ ਵੀ ਕੋਈ ਮੈਸੇਜ ਦਿੱਤਾ ਅਤੇ ਉਹਨਾਂ ਨੇ ਬਿਲਕੁਲ ਇਨ ਬਿਨ। ਕਹੀਂ ਸੁਣਾ ਹੈ ਰਿਟੇਲ ਕੀ ਦੁਕਾਨ ਪਰ ਹੋਲਸੇਲ ਕਾ ਦਾਮ? ਜੀ ਹਾਂ, ਨਵਿਆ ਲੇਕਰ ਆਇਆ ਹੈ ਡਿਜ਼ਾਈਨਰ ਸੂਟਸ, ਕੁਰਤੀਜ਼ ਔਰ ਫੈਬਰਿਕਸ। ਸਭਸੇ ਸਸਤਾ ਸਭਸੇ ਅੱਛਾ, ਡਿਫੈਂਸ ਰੋਡ, ਮਮੂਨ, ਪਠਾਨਕੋਟ। ਕੰਟੈਕਟ 9614196141।